ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ 'ਤੇ। ਸੋ ਇਹ ਵੀਡੀਓ ਆਪਾਂ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਲੈ ਕੇ ਆਏ ਹਾਂ। ਸੋ ਜਿਵੇਂ ਕਿ ਹੁਣ ਆਲੂ ਦੀ ਬਿਜਾਈ ਦਾ ਸਮਾਂ ਚੱਲ ਰਿਹਾ, ਤਾਂ ਬਿਜਾਈ ਦੇ ਸਮੇਂ ਜਿਹੜੀ ਸਭ ਤੋਂ ਇੱਕ ਜ਼ਰੂਰੀ ਚੀਜ਼ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਬੀਜ ਸੋਧ। ਸੋ ਉਸ ਬਾਰੇ ਆਪਾਂ ਗੱਲ ਕਰਨੀ ਹੈ। ਸੋ ਉਸ ਦੇ ਵਿੱਚ ਇੱਕ ਬਿਮਾਰੀ ਹੈ ਜਿਹੜੀ ਆਲੂ ਦਾ ਕਾਫੀ ਨੁਕਸਾਨ ਕਰਦੀ ਹੈ, ਜਿਹਨੂੰ ਆਪਾਂ ਖਰੀਂਡ ਰੋਗ ਕਹਿ ਦਿੰਦੇ ਹਾਂ। ਕੁਛ ਕਿਸਾਨ ਵੀਰ ਇਸ ਨੂੰ ਕਾਲੀ ਤਫੜੀ ਵਾਲਾ ਰੋਗ ਵੀ ਕਹਿੰਦੇ ਆ। ਇਸ ਦੇ ਵਿੱਚ ਹੁੰਦਾ ਕੀ ਹੈ ਕਿ ਆਲੂਆਂ ਦੇ ਉੱਪਰ ਜਿਹੜੀ ਹੈਗੀ ਹੈ ਇੱਕ ਕਾਲੇ ਰੰਗ ਦੇ ਨਿੱਕੇ ਨਿੱਕੇ ਧੱਫੜ ਜੇ ਬਣਦੇ ਆ, ਜਿਹੜੇ ਆਲੂ ਦੀ ਜਿਹੜੀ ਹੈ ਸਰਫੇਸ ਹੁੰਦੀ ਹੈ ਉਸ ਤੋਂ ਬਾਹਰ ਨੂੰ ਉੱਭਰੇ ਹੋਏ ਹੁੰਦੇ ਆ, ਅਤੇ ਜਦੋਂ ਆਪਾਂ ਹੱਥ ਲਾਉਣੇ ਆਲੂ 'ਤੇ ਤਾਂ ਖੁਰਦਰੇ ਲੱਗਦੇ ਆ। ਹਾਲਾਂਕਿ ਆਲੂ ਜਿਹੜਾ ਵਿੱਚੋਂ ਹੁੰਦਾ ਜਦੋਂ ਆਪਾਂ ਉਸਨੂੰ ਕੱਟਦੇ ਹਾਂ ਤਾਂ ਉਹ ਬਿਲਕੁਲ ਠੀਕ ਹੁੰਦਾ ਹੈ, ਪਰ ਬਾਹਰੋਂ ਆਲੂ ਦੀ ਜਿਹੜੀ ਹੈ ਦਿੱਖ ਖਰਾਬ ਹੋ ਜਾਂਦੀ ਹੈ, ਜਿਹਦੇ ਕਰਕੇ ਆਪਾਂ ਨੂੰ ਇਸ ਦਾ ਰੇਟ ਨਹੀਂ ਮਿਲਦਾ, ਕਿਉਂਕਿ ਵਪਾਰੀ ਵੀ ਅਜਿਹੇ ਆਲੂ ਨੂੰ ਪਸੰਦ ਨਹੀਂ ਕਰਦਾ, ਅਤੇ ਨਾ ਹੀ ਜਿਹੜਾ ਗਾਹਕ ਹੈ ਉਹ ਅਜਿਹਾ ਆਲੂ ਲੈਣਾ ਪਸੰਦ ਕਰਦਾ ਜਿਸ 'ਤੇ ਚਮਕ ਘੱਟ ਹੁੰਦੀ ਹੈ। ਅਤੇ ਜਦੋਂ ਆਪਾਂ ਖੇਤ ਦੇ ਵਿੱਚ ਆਲੂ ਬੀਜ ਦਿੰਦੇ ਹਾਂ, ਉੱਗਣ ਤੋਂ ਬਾਅਦ ਆਲੂ ਜਿਹੜੇ ਆ ਉਹ ਜ਼ਮੀਨ ਦੇ ਵਿੱਚ ਹੀ ਬਣਨੇ ਆ, ਮਿੱਟੀ ਦੇ ਵਿੱਚ ਬਣਨੇ ਆ, ਤਾਂ ਇਸ ਬਿਮਾਰੀ ਦੀ ਜਿਹੜੀ ਪਛਾਣ ਹੈ ਉਹ ਆਪਾਂ ਖੇਤ ਦੇ ਵਿੱਚ ਨਹੀਂ ਕਰ ਸਕਦੇ, ਕਿਉਂਕਿ ਆਲੂ ਜਿਹੜੇ ਜ਼ਮੀਨ ਦੇ ਵਿੱਚ ਬਣਨੇ ਆ, ਆਪਾਂ ਕਿੰਨੇ ਕੁ ਬੂਟੇ ਪੱਟ ਕੇ ਵੇਖ ਲਾਂਗੇ, ਆਪਾਂ ਪੱਟ ਕੇ ਨਹੀਂ ਦੇਖ ਸਕਦੇ ਕਿ ਬਿਮਾਰੀ ਦਾ ਹਮਲਾ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਹ ਜਿਹੜੀ ਬਿਮਾਰੀ ਹੈ ਇਹ ਬਾਕੀ ਬਿਮਾਰੀਆਂ ਜਿਵੇਂ ਕਿ ਅਗੇਤਾ ਝੁਲਸ ਰੋਗ, ਪਿਛੇਤਾ ਝੁਲਸ ਰੋਗ, ਇਹਨਾਂ ਤੋਂ ਕਾਫੀ ਅਲੱਗ ਹੈ, ਕਿਉਂਕਿ ਉਹਨਾਂ ਦੇ ਜਿਹੜੇ ਲੱਛਣ ਆ ਉਹ ਆਪਾਂ ਨੂੰ ਪੱਤਿਆਂ 'ਤੇ ਦਿਖਾਈ ਦਿੰਦੇ ਆ, ਪਰ ਇਸ ਬਿਮਾਰੀ ਦੇ ਲੱਛਣ ਜਿਹੜੇ ਆ ਉਹ ਪੱਤਿਆਂ 'ਤੇ ਦਿਖਾਈ ਨਹੀਂ ਦਿੰਦੇ। ਇਹ ਜਿਹੜੀ ਹੈ ਸਿੱਧਾ ਟਿਊਬਰ 'ਤੇ ਹੀ ਅਟੈਕ ਕਰਦੀ ਹੈ ਅਤੇ ਆਪਣੀ ਮਾਰਕੀਟ ਵੈਲਿਊ ਜਿਹੜੀ ਆ ਉਹਨੂੰ ਕਾਫੀ ਡਾਊਨ ਕਰਦੀ ਹੈ। ਸੋ ਜਿਹੜੀਆਂ ਬਿਮਾਰੀਆਂ ਇਸ ਤਰ੍ਹਾਂ ਬੀਜ ਤੋਂ ਫੈਲਣ ਵਾਲੀਆਂ ਹੁੰਦੀਆਂ, ਉਹਨਾਂ ਨੂੰ ਰੋਕਥਾਮ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਆਪਾਂ ਬੀਜ ਦਾ ਹੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਕਰੀਏ, ਕਿਉਂਕਿ ਬਾਅਦ ਦੇ ਵਿੱਚ ਸਪਰੇ ਕਰਨ ਨਾਲੋਂ ਸੀ ਟ੍ਰੀਟਮੈਂਟ ਕਰਨਾ ਸੌਖਾ ਵੀ ਹੁੰਦਾ, ਇਸ 'ਤੇ ਖਰਚਾ ਵੀ ਘੱਟ ਆਉਂਦਾ, ਅਤੇ ਜਿਹੜਾ ਹੈਗਾ ਲੇਬਰ ਦੀ ਇਨਵੋਲਵਮੈਂਟ ਵੀ ਘੱਟ ਹੁੰਦੀ ਹੈ ਅਤੇ ਰਿਜ਼ਲਟ ਵੀ ਜ਼ਿਆਦਾ ਵਧੀਆ ਮਿਲਦਾ, ਕਿਉਂਕਿ ਸੀ ਟ੍ਰੀਟਮੈਂਟ ਚੰਗਾ ਕੀਤਾ ਹੋਵੇ ਤਾਂ ਬਿਮਾਰੀ ਆਉਂਦੀ ਹੀ ਕਾਫੀ ਘੱਟ ਹੈ, ਤਾਂ ਕਰਕੇ ਉਹਨੂੰ ਜਿਹੜਾ ਹੈਗਾ ਆਪਾਂ ਉਹਨੂੰ ਬਾਅਦ ਦੇ ਵਿੱਚ ਜ਼ਿਆਦਾ ਮੈਨੇਜਮੈਂਟ ਨਹੀਂ ਕਰਨੀ ਪੈਂਦੀ। ਸੋ ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀਂ ਜਿਹੜਾ ਹੈਗਾ ਪਹਿਲਾਂ ਤਾਂ ਕੋਸ਼ਿਸ਼ ਇਹ ਕਰਨੀ ਕਿ ਜਿਹੜਾ ਵੀ ਬੀਜ ਲੈਣਾ ਉਹ ਸਿਹਤਮੰਦ ਹੋਵੇ, ਉਸ 'ਤੇ ਬਿਮਾਰੀ ਜਿਹੜੀ ਹੈ ਉਸ ਇਸ ਤਰ੍ਹਾਂ ਦੇ ਲੱਛਣ ਨਾ ਹੋਣ। ਜੇ ਕੋਈ ਇਸ ਤਰ੍ਹਾਂ ਦੇ ਆਲੂ ਹੋਣ ਤਾਂ ਉਹਨਾਂ ਨੂੰ ਜਿਹੜਾ ਤੁਸੀਂ ਬਾਹਰ ਕੱਢ ਦਿਓ, ਉਹਨਾਂ ਦੀ ਜਿਹੜੀ ਹੈ ਬਿਜਾਈ ਨਾ ਕਰੋ। ਬਿਮਾਰੀ ਦੀ ਰੋਕਥਾਮ ਲਈ ਜਿਹੜਾ ਟ੍ਰੀਟਮੈਂਟ ਕਰਨਾ ਉਹ ਮੋਨੋਸਰਮ ਦਵਾਈ ਦੇ ਨਾਲ ਕਰਨਾ ਹੈ। ਸੋ ਉਸ ਦਵਾਈ ਦੀ ਜਿਹੜੀ ਡੋਜ਼ ਹੈ ਉਹ 2.5 ML ਯਾਨੀ ਕਿ 2.5 ML ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜਿਹੜਾ ਇਹਦਾ ਘੋਲ ਬਣਾਉਣਾ, ਅਤੇ ਇਸ ਘੋਲ ਦੇ ਵਿੱਚ ਜਿਹੜਾ ਤੁਸੀਂ 10 ਮਿੰਟ ਦੇ ਲਈ ਆਲੂਆਂ ਨੂੰ ਡੁਬੋ ਕੇ ਰੱਖਣਾ। ਸੋ ਜੇਕਰ ਤੁਸੀਂ 100 ਲੀਟਰ ਪਾਣੀ ਲੈ ਰਹੇ ਹੋ ਤਾਂ ਉਸ ਦੇ ਵਿੱਚ 250 ML ਦਵਾਈ ਵਰਤੀ ਜਾਊਗੀ। ਸੋ 2.5 ML ਪ੍ਰਤੀ ਲੀਟਰ ਹਿਸਾਬ ਨਾਲ ਵਰਤਣੀ ਹੈ, ਜਿੰਨੇ ਵੀ ਤੁਸੀਂ ਲੀਟਰ ਦਾ ਪਾਣੀ ਬੀਜ ਦੇ ਹਿਸਾਬ ਨਾਲ ਬਣਾਓਗੇ ਉਸ ਹਿਸਾਬ ਨਾਲ ਜਿਹੜੀ ਹੈ ਦਵਾਈ ਦੀ ਡੋਜ਼ ਜਿਹੜੀ ਹੈ ਤੁਸੀਂ ਉਹ ਤੈਅ ਕਰ ਸਕਦੇ ਹੋ, ਅਤੇ 10 ਮਿੰਟ ਘੱਟ ਤੋਂ ਘੱਟ ਜਿਹੜਾ ਇਸ ਨੂੰ ਡੁਬੋ ਕੇ ਰੱਖੋ, ਅਤੇ ਇਸ ਤੋਂ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਦਵਾਈ ਦੇ ਵਿੱਚ ਆਲੂਆਂ ਨੂੰ ਨਾ ਰੱਖੋ। ਜਾਂ ਫਿਰ ਜਿਹੜੇ ਕਿਸਾਨ ਵੀ ਜਿਹੜੇ ਉਹ ਜੈਵਿਕ ਪ੍ਰੋਡਕਟ ਕਰਨ ਵਰਤਣੇ ਚਾਹੁੰਦੇ ਆ, ਜੋ ਕਿ ਇੱਕ ਚੰਗੀ ਚੀਜ਼ ਵੀ ਹੈ ਕੈਮੀਕਲ ਨਾ ਵਰਤਣੇ ਹੋਣ, ਤਾਂ ਉਹ ਕਿਸਾਨ ਵੀਰ ਜਿਹੜੇ ਇਹ ਬੀਜ ਵਾਲੇ ਆਲੂਆਂ ਨੂੰ 10 ਮਿੰਟ ਲਈ 10 ਗ੍ਰਾਮ ਗਿੱਲੀ ਜਿਹੜੀ ਹੈ ਟ੍ਰਾਈਕੋਡਰਮਾ ਦੀ ਫੋਰਮੂਲੇਸ਼ਨ ਬਣਾ ਲੈਣ, ਅਤੇ 20 ਗ੍ਰਾਮ ਜਿਹੜਾ ਸੀਰਾ ਪ੍ਰਤੀ ਲੀਟਰ ਪਾਣੀ ਦੇ ਘੋਲ ਦੇ ਵਿੱਚ ਜਿਹੜਾ ਡੁਬੋ ਕੇ ਆਲੂਆਂ ਨੂੰ ਸੋਧ ਸਕਦੇ ਆ। ਸੋਧੇ ਹੋਏ ਬੀਜ ਨੂੰ ਜਿਹੜਾ ਹੈਗਾ 24 ਘੰਟੇ ਲਈ ਛਾਂ ਵਿੱਚ ਰੱਖੋ, ਅਤੇ ਇਸ ਤੋਂ ਬਾਅਦ ਜਿਹੜਾ ਇਸ ਦੀ ਬਿਜਾਈ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਬੀਜ ਸੋਧ ਕਰਕੇ ਤੁਸੀਂ ਖਰੀਂਡ ਰੋਗ ਤੋਂ ਜਿਹੜੀ ਹੈ ਕਾਫੀ ਜ਼ਿਆਦਾ ਰਾਹਤ ਪਾ ਸਕਦੇ ਹੋ, ਅਤੇ ਬਾਅਦ ਦੇ ਵਿੱਚ ਕਿਉਂਕਿ ਇਸ ਰੋਗ ਦੀ ਰੋਕਥਾਮ ਨਹੀਂ ਵੀ ਹੁੰਦੀ, ਤੁਸੀਂ ਕੋਈ ਵੀ ਫੰਗੀਸਾਈਡ ਸਪਰੇ ਕਰ ਲਓ ਇਹ ਰੋਗ ਜਿਹੜਾ ਹੈਗਾ ਬਾਅਦ ਦੇ ਵਿੱਚ ਨਹੀਂ ਰੁਕਦਾ, ਅਤੇ ਨਾ ਹੀ ਇਸ ਦੀ ਬਾਅਦ ਦੇ ਵਿੱਚ ਜਿਹੜੀ ਹੈ ਉਹ ਪਛਾਣ ਹੁੰਦੀ ਹੈ। ਸੋ ਇਸ ਰੋਗ ਤੋਂ ਬਚਣ ਦੇ ਲਈ ਇਹ ਸਭ ਤੋਂ ਸੌਖਾ ਤਰੀਕਾ ਕਿ ਆਪਾਂ ਜਿਹੜੀ ਵੀ ਫਾਰਮੂਲੇਸ਼ਨ ਦੱਸੀਆਂ ਇਸ ਦੇ ਨਾਲ ਜਿਹੜਾ ਹੈਗਾ
ਆਲੂਆਂ ਦਾ ਸੀਡ ਟ੍ਰੀਟਮੈਂਟ ਕਰੀਏ ਤਾਂ ਜੋ ਆਪਣਾ ਜਿਹੜਾ ਝਾੜ ਹੈ ਉਹ ਚੰਗਾ ਨਿਕਲੇ।